ਟੀਵੀ ਇੰਡਸਟਰੀ ਤੋਂ ਆਪਣੇ ਐਕਟਿੰਗ ਸਫ਼ਰ ਦੀ ਸ਼ੁਰੂਆਤ ਕੀਤੀ ਸੀ। ਅਦਾਕਾਰਾ ਪਹਿਲੀ ਵਾਰ ਸੀਰੀਅਲ ਕਰੋਲ ਬਾਗ 'ਚ ਨਜ਼ਰ ਆਈ ਸੀ। ਇਸ ਸ਼ੋਅ 'ਤੇ ਉਹਨਾਂ ਦੀ ਮੁਲਾਕਾਤ ਅਭਿਨੇਤਾ ਰਵੀ ਦੁਬੇ ਨਾਲ ਹੋਈ ਸੀ ਅਤੇ ਦੋਵਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ। ਅੱਜ ਉਹ ਖੁਸ਼ਹਾਲ ਵੀ ਉਹਦਾ ਜੀਵਨ ਬਤੀਤ ਕਰ ਰਹੇ ਨੇ, ਪਰ ਇੱਥੇ ਅਸੀਂ ਤੁਹਾਨੂੰ ਅਭਿਨੇਤਰੀ ਦੀ ਪਰਸਨਲ ਲਾਈਫ ਬਾਰੇ ਨਹੀਂ ਦੱਸ ਰਹੇ ਹਾਂ, ਬਲਕਿ ਉਹਨਾਂ ਦੀ ਨੈੱਟਵਰਥ ਬਾਰੇ ਦੱਸ ਰਹੇ ਹਾਂ, ਜਿਸ 'ਚ ਉਹ ਬਾਲੀਵੁੱਡ ਦੇ ਕਈ ਸਿਤਾਰਿਆਂ ਨੂੰ ਸਖ਼ਤ ਟੱਕਰ ਦਿੰਦੀ ਹੈ। ਦੱਸਦੀ ਹੈ ਕਿ ਸਰਗੁਣ ਮਹਿਤਾ ਚੰਡੀਗੜ੍ਹ ਦੀ ਵਸਨੀਕ ਹੈ, ਜਿਸ ਦਾ ਜਨਮ ਇੱਕ ਮੱਧਵਰਗੀ ਪਰਿਵਾਰ ਵਿੱਚ ਹੋਇਆ ਸੀ। ਬਚਪਨ ਤੋਂ ਹੀ ਅਭਿਨੇਤਰੀ ਨੇ ਗਲੈਮਰ ਦੀ ਦੁਨੀਆ ਵਿੱਚ ਪ੍ਰਵੇਸ਼ ਕਰਨ ਦਾ ਸੁਪਨਾ ਦੇਖਿਆ ਸੀ। ਇਸੇ ਲਈ ਉਹਨਾਂ ਨੇ ਡਾਂਸ ਸ਼ੋਅ ਬੁੱਗੀ ਬੂਰੀ ਲਈ ਆਡੀਸ਼ਨ ਦਿੱਤਾ, ਪਰ ਰੱਦ ਹੋ ਗਿਆ ਸੀ। ਕੁਝ ਸਾਲਾਂ ਬਾਅਦ ਸਰਗੁਣ ਦੀ ਕਿਸਮਤ ਨੇ ਨਵਾਂ ਮੋੜ ਲਿਆ ਅਤੇ ਉਹਨਾਂ ਨੂੰ ਟੀਵੀ ਸ਼ੋਅ ਕਰੋਲ ਬਾਗ ਕਰਨ ਦਾ ਮੌਕਾ ਮਿਲਿਆ। ਅਦਾਕਾਰਾ ਦਾ ਇਹ ਸ਼ੋਅ ਕਾਫੀ ਹਿੱਟ ਰਿਹਾ ਸੀ, ਇੱਥੋਂ ਉਹਨਾਂ ਨੂੰ ਕਾਫੀ ਟੀਵੀ ਸ਼ੋਅ ਦੇ ਆਫਰ ਮਿਲੇ। ਫਿਰ ਅਦਾਕਾਰਾ ਨੇ ਕਪਿਲ ਸ਼ਰਮਾ ਨਾਲ ਬਾਲਿਕਾ ਵਧੂ ਅਤੇ ਕਾਮੇਡੀ ਸਰਕਸ 'ਚ ਕੰਮ ਕੀਤਾ, ਇੱਥੋਂ ਉਹਨਾਂ ਨੂੰ ਕਾਫੀ ਪ੍ਰਸਿੱਧੀ ਮਿਲੀ ਅਤੇ ਇੱਥੋਂ ਹੀ ਉਹਨਾਂ ਦਾ ਪੰਜਾਬੀ ਸਿਨੇਮਾ ਵਿੱਚ ਸਫ਼ਰ ਸ਼ੁਰੂ ਹੋਇਆ ਸੀ, ਜਿੱਥੇ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਕਈ ਹਿੱਟ ਫਿਲਮਾਂ ਦਿੱਤੀਆਂ। ਦੱਸ ਦਈਏ ਕਿ ਅੱਜ ਸਰਗੁਣ ਮਹਿਤਾ ਨਾ ਸਿਰਫ ਇੱਕ ਅਭਿਨੇਤਰੀ ਬਣ ਗਈ ਹੈ, ਸਗੋਂ ਇੱਕ ਵੱਡੀ ਨਿਰਮਾਤਾ ਵੀ ਬਣ ਗਈ ਹੈ। ਟੀਵੀ ਸ਼ੋਅ ਉਡਾਰੀਆਂ ਤੋਂ ਇਲਾਵਾ ਉਹਨਾਂ ਨੇ ਕਈ ਮਿਊਜ਼ਿਕ ਐਲਬਮਾਂ ਵੀ ਬਣਾਈਆਂ ਨੇ। ਨੈੱਟਵਰਥ ਦੀ ਗੱਲ ਕਰੀਏ ਤਾਂ ਸਰਗੁਣ ਮਹਿਤਾ ਅੱਜ ਆਪਣੀ ਮਿਹਨਤ ਨਾਲ 50 ਕਰੋੜ ਰੁਪਏ ਤੋਂ ਵੀ ਵੱਧ ਦੀ ਮਾਲਕ ਬਣ ਚੁੱਕੀ ਹੈ। ਤੁਹਾਨੂੰ ਦੱਸ ਦਈਏ ਕਿ ਸਰਗੁਣ ਮਹਿਤਾ ਦਾ ਵਿਆਹ ਟੀਵੀ ਐਕਟਰ ਰਵੀ ਦੁਬੇ ਨਾਲ ਹੋਇਆ ਹੈ। ਦੋਵਾਂ ਦੇ ਵਿਆਹ ਨੂੰ ਕਈ ਸਾਲ ਵੀ ਹੋ ਗਏ ਨੇ, ਫਿਰ ਵੀ ਦੋਵਾਂ ਵਿਚਾਲੇ ਬਹੁਤ ਪਿਆਰ ਹੈ। ਆਪਣੇ ਕੰਮ ਦੇ ਨਾਲ ਨਾਲ ਸਰਗੁਣ ਮਹਿਤਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ, ਜਿੱਥੇ ਉਹ ਆਪਣੀ ਤਸਵੀਰਾਂ ਅਤੇ ਡਾਂਸ ਵੀਡੀਓਜ਼ ਦੇ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ।